ਗੁਰਬਚਨ ਸਿੰਘ ਭੁੱਲਰ ਦੀ ਪੁਸਤਕ ਅਸਾਂ ਮਰਨਾ ਨਹੀਂ ਦਾ ਪਹਿਲੇ ਅੰਗ ਚੱਲ ਰਿਹਾ ਹੈ। ਉਹਦਾ ਅਗਲਾ ਹਿੱਸਾ ਹੈ ਕੀ ਆਖਦੇ ਸਨ ਸਮਕਾਲੀ। ਰਜਿੰਦਰ ਸਿੰਘ ਬੇਦੀ, ਜਿਨ੍ਹਾਂ ਨੂੰ ਸਤਿਆਰਥੀ ਜੀ ਆਪਣਾ ਕਹਾਣੀ ਗੁਰੂ ਮੰਨਦੇ ਨੇ, 1941 'ਚ ਛਪੇ ਉਹਨਾਂ ਦੇ ਪਹਿਲੇ ਕਹਾਣੀ ਸੰਗ੍ਰਹਿ ਕੁੰਗਪੋਸ਼ ਦੇ ਲੰਮੇ ਮੁੱਖਬੰਦ 'ਚ ਲਿਖਿਆ ਸੀ, ਜਦੋਂ ਕਲਾਕਾਰ ਕਲਾ ਦੇ ਸਿਖਰ 'ਤੇ ਪਹੁੰਚਦਾ ਹੈ ਤਾਂ ਉਹਦਾ ਕਲਾਹੀਨਤਾ ਆਰਟਲੈਸਨੈਸ ਵੱਲ ਝੁਕਾਅ ਹੋ ਜਾਂਦਾ ਹੈ। ਅਤੇ ਇਹ ਕਲਾਹੀਨਤਾ ਵੀ ਆਪਣੇ ਆਪ 'ਚ ਇੱਕ ਵਡੇਰੀ ਕਲਾ ਹੈ ਜਿਹੜੀ ਜ਼ਿੰਦਗੀ ਦੇ ਡੂੰਘੇ ਮੁਤਾਲੇ ਦੇ ਨਿਰਖ ਪਰਕ ਪਿੱਛੋਂ ਮਿਲਦੀ ਹੈ। ਜੇਕਰ ਟਾਲਿਸਟਾਏ ਦੇ ਸਾਰੇ ਪਾਤਰ ਕਲਾ ਦੇ ਲਿਹਾਜ਼ ਨਾਲ ਕਲਾਹੀਨ ਜਾਪਦੇ ਹੈ ਅਤੇ ਦਵਿੰਦਰ ਸਤਿਆਰਥੀ ਦੇ ਸਾਰੇ ਪਾਤਰ ਇੱਕ ਅਜਿਹੇ ਸਿਖਰ 'ਤੇ ਪਹੁੰਚੇ ਹੋਏ ਹਨ। ਵਰਤਮਾਨ ਅਗਾਂਹ ਵਧੂ ਸਾਹਿਤ ਵਿੱਚ ਮਜ਼ਦੂਰ ਨੂੰ ਚੀਖਦੇ ਚਿੱਲਾਉਂਦੇ ਸਰਮਾਏਦਾਰੀ ਦੇ ਚੁੱਪ ਅਤੇ ਅਣ ਦਿਸਦੇ ਪਹੀਆਂ ਥੱਲੇ ਪਿਸਦੇ ਅਤੇ ਰੋਸ ਪ੍ਰਗਟ ਕਰਦੇ ਦਿਖਾਇਆ ਗਿਆ ਹੈ। ਕਿਤੇ ਉਹ ਮੋਰਚਾ ਲਾ ਕੇ ਨਾਅਰੇ ਵੀ ਮਾਰਦੇ ਹੈ, ਪਰ ਇਹ ਗੱਲ ਅਸਲੀਅਤ ਤੋਂ ਪਰੇ ਹੈ। ਸਾਡੇ ਮਜ਼ਦੂਰ ਅਤੇ ਕਿਸਾਨ ਅਰਧ ਚੇਤਨਤਾ ਦੇ ਇੱਕ ਅਜਿਹੇ ਦੌਰ 'ਚੋਂ ਲੰਘ ਰਹੇ ਹੈ ਜਿਸ 'ਚੋਂ ਰੱਬ ਅਤੇ ਹੋਣੀ ਦੇ ਵਿਰੁੱਧ ਮਾੜੀ ਜਿਹੀ ਬੁੜਬੁੜ ਕਰਕੇ ਚੁੱਪ ਕਰ ਜਾਂਦੇ ਹੈ। ਸਾਡੀਆਂ ਕਹਾਣੀਆਂ ਦੀ ਵੇਸੁਆ ਵੀ ਅਕਸਰ ਆਪਣੀ ਜ਼ਿੰਦਗੀ ਦੀ ਜ਼ਿਲਤ ਅਤੇ ਖੁਆਰੀ ਨੂੰ ਮਹਿਸੂਸ ਕਰਦੀ ਹੋਈ ਦਿਸਦੀ ਹੈ। ਇਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸਾਡੇ ਲੇਖਕਾਂ ਦਾ ਮਜ਼ਦੂਰ ਅਤੇ ਵੇਸੁਆ ਦੀ ਜ਼ਿੰਦਗੀ ਨਾਲ ਕੋਈ ਸਿੱਧਾ ਸੰਬੰਧ ਨਹੀਂ। ਅਸਲ 'ਚ ਵੇਸੁਆਵਾਂ ਮਜ਼ਦੂਰਾਂ ਅਤੇ ਕਿਸਾਨਾਂ ਲਈ ਆਪਣੀ ਜ਼ਿੰਦਗੀ ਇੰਨੀ ਆਮ ਗੱਲ ਹੋ ਜਾਂਦੀ ਹੈ ਕਿ ਨਿਰਖ ਪਰਖ ਦਾ ਅੰਗ ਵਿਚਕਾਰੋਂ ਉੱਡ ਜਾਂਦਾ ਹੈ। ਉਹ ਜ਼ਿੰਦਗੀ ਨੂੰ ਉਹਦੇ ਆਪਣੇ ਰੂਪ 'ਚ ਤੱਕਦੇ ਹਨ। ਸਭ ਤੋਂ ਪਹਿਲਾ ਕਾਰਨ ਮਜ਼ਹਬ ਦਾ ਗੋਰਖ ਧੰਦਾ ਹੈ, ਜਿਸ ਵਿੱਚੋਂ ਹੇਠਲੇ ਤਬਕੇ ਦੇ ਲੋਕਾਂ ਦਾ ਬਾਹਰ ਨਿਕਲਣਾ ਸੰਭਵ ਨਹੀਂ। ਮਜ਼ਹਬ ਨੇ ਉਹਨਾਂ ਨੂੰ ਕਿਸਮਤ ਦਿੱਤੀ ਹੈ, ਆਪਣੀਆਂ ਸਾਰੀਆਂ ਮੁਸੀਬਤਾਂ ਨੂੰ ਕਿਸਮਤ ਦੇ ਸਿਰ ਥੱਪ ਕੇ ਉਹ ਆਪਣਾ ਭਾਰ ਹੌਲਾ ਕਰ ਲੈਂਦੇ ਹੈ। ਇੱਥੋਂ ਤੱਕ ਕਿ ਜਦ ਕਦੀ ਕੋਈ ਖੁਸ਼ੀ ਵੀ ਮਿਲਦੀ ਹੈ ਤਾਂ ਇਸ ਨੂੰ ਰੱਬ ਦੀ ਦਾਤ ਸਮਝਦੇ ਹੈ। ਦਵਿੰਦਰ ਸਤਿਆਰਥੀ ਦੇ ਪੇਂਡੂ ਪਾਤਰ ਹਿੰਦੁਸਤਾਨੀ ਪਿੰਡਾਂ ਦੇ ਮਿਸਾਲੀ ਬਛਿੰਦੇ ਹਨ। ਇਸੇ ਤਰ੍ਹਾਂ ਰਸਮਾਂ ਅਤੇ ਰਵਾਇਤਾਂ, ਰੱਬ ਅਤੇ ਕਿਸਮਤ ਦੇ ਫੇਰ ਵਿੱਚ ਪਏ ਹੋਏ ਉਹ ਸਾਡੇ ਅਸਲੀ ਜਨ ਸਧਾਰਨ ਹਨ। ਬਹੁਤੀਆਂ ਕਹਾਣੀਆਂ ਦੀ ਬੁਨਿਆਦੀ ਘਟਨਾ ਲੇਖਕ ਦੀ ਆਪਣੀ ਜ਼ਿੰਦਗੀ ਨਾਲ ਸੰਬੰਧ ਰੱਖਦੀ ਹੈ, ਜਿਹਨੂੰ ਉਹ ਬਿਨਾਂ ਉਲਟ ਫੇਰ ਕੇ ਲਿਖ ਦਿੰਦਾ ਹੈ। ਆਪ ਮੁਹਾਰਤਾ ਦੀ ਕਈਆਂ ਥਾਵਾਂ 'ਤੇ ਹਾਲਤ ਹੁੰਦੀ ਹੈ ਕਿ ਲੇਖਕ ਆਪ ਲਿਖਦਾ ਹੋਇਆ ਨਹੀਂ ਦਿਸਦਾ। ਇੰਝ ਜਾਪਦਾ ਜਿਵੇਂ ਉਹਨੇ ਆਪਣੇ ਆਪ ਨੂੰ ਕੁਝ ਸ਼ਬਦਾਂ ਜਾਂ ਪਾਤਰਾਂ ਦੇ ਹਵਾਲੇ ਕਰ ਦਿੱਤਾ ਹੈ ਅਤੇ ਉਸ ਤੋਂ ਲਿਖਵਾ ਰਹੇ ਹਨ। ਗੱਲ ਵਿੱਚੋਂ ਗੱਲ ਨਿਕਲਦੀ ਚਲੀ ਆਉਂਦੀ ਹੈ, ਜੋ ਆਪਣੇ ਆਪ ਕਾਗਜ਼ ਉੱਤੇ ਸ਼ਬਦ ਚਿੱਤਰ ਦਾ ਰੂਪ ਧਾਰਦੀ ਜਾਂਦੀ ਹੈ। ਦਵਿੰਦਰ ਸਤਿਆਰਥੀ ਦੀ ਬਿਆਨ ਸ਼ਕਤੀ ਜ਼ਬਰਦਸਤ ਹੈ, ਤੁਲਨਾਵਾਂ ਜ਼ੋਰਦਾਰ। ਲੇਖਕ ਜੋ ਸ਼ਬਦ ਚਿੱਤਰ ਉਲੀਕਦਾ ਉਹ ਆਪ ਮੂੰਹੋਂ ਬੋਲਦਾ ਹੈ। ਉੱਪਰ ਸੂਰਜ ਚਮਕਦਾ, ਚੰਨ ਵੀ, ਤਾਰੇ ਵੀ, ਥੱਲੇ ਧਰਤੀ ਦੇ ਬੇਟੇ ਸ਼ਿਕਵੇ ਕਰਦੇ ਨਾ ਥੱਕਦੇ। ਉਹਨਾਂ ਦਾ ਗਮ ਲੰਮੇ ਲੰਮੇ ਖੇਤਾਂ ਦਾ ਗਮ ਸੀ। ਉਹਨਾਂ ਦੇ ਹੰਝੂ ਮੱਕਈ ਦੇ ਹੰਝੂ ਸਨ, ਉਹ ਆਪਣੇ ਖੇਤ ਦੇ ਗੰਨਿਆਂ ਵਾਂਗ ਸਨ। ਗੰਨੇ ਹਰ ਸਾਲ ਉੱਗਦੇ ਹਨ, ਹਰ ਸਾਲ ਵੇਲਣੇ 'ਚ ਨਪੀੜੇ ਜਾਂਦੇ ਹਨ, ਉਹ ਉੱਗਦੇ ਹੀ ਨਪੀੜੇ ਜਾਣ ਲਈ ਹਨ। ਜਦ ਕੋਈ ਆਦਮੀ ਜ਼ਿੰਦਗੀ ਦੇ ਤਜਰਬਿਆਂ ਵਿੱਚੋਂ ਸੋਚ ਸ਼ਕਤੀ 'ਚ ਪੱਕਾ ਹੋ ਜਾਂਦਾ, ਉਹਦੀ ਲੇਖਣੀ 'ਚੋਂ ਬਿਨਾਂ ਇਰਾਦੇ ਦੇ ਇਸ ਕਿਸਮ ਦੀਆਂ ਗੱਲਾਂ ਨਿਕਲ ਪੈਂਦੀਆਂ ਜਿਨ੍ਹਾਂ ਉੱਤੇ ਇੱਕ ਵੱਡਾ ਫਲਸਫਾ ਉਸਾਰਿਆ ਜਾ ਸਕਦਾ ਹੈ। ਅੱਜ ਕੱਲ੍ਹ ਦੇ ਕੁਝ ਲੇਖਕਾਂ ਵਾਂਗ ਦਵਿੰਦਰ ਸਤਿਆਰਥੀ ਨੇ ਆਪਣੀ ਆਵਾਜ਼ ਵਿਚਕਾਰਲੇ ਤਬਕੇ 'ਤੇ ਰੋਸ਼ਨ ਖਿਆਲ ਦਾਇਰੇ ਤੱਕ ਹੀ ਮਹਿਦੂਦ ਨਹੀਂ ਰੱਖੀ। 1941 ਵਿੱਚ ਛਪੇ ਉਹਨਾਂ ਦੇ ਪਹਿਲੇ ਕਾਵਿ ਸੰਗ੍ਰਹਿ ਧਰਤੀ ਦੀਆਂ ਆਵਾਜ਼ਾਂ ਦਾ ਮੁੱਖ ਬੰਦ ਵੀ ਪ੍ਰਿੰਸੀਪਲ ਤੇਜਾ ਸਿੰਘ ਨੇ ਲਿਖਿਆ। ਉਹਨਾਂ ਨੇ ਇਹਦਾ ਆਰੰਭ ਇੱਕ ਬਿਲਕੁਲ ਹੀ ਵੱਖਰੇ ਨੁਕਤੇ ਨਾਲ ਕੀਤਾ। ਪੰਜਾਬੀ ਕਵਿਤਾ ਨੇ ਇਸ ਯੁੱਗ 'ਚ ਬਹੁਤ ਉੱਨਤੀ ਕੀਤੀ ਹੈ, ਲਫਜ਼ਾਂ 'ਚ ਸਾਦਗੀ, ਕੋਮਲਤਾ ਅਤੇ ਖਿਆਲ ਲਈ।
ਪੂਰਾ ਪੂਰਾ ਢੁੱਕਵਾਂ ਹੋਣ ਦਾ ਗੁਣ ਆ ਗਿਆ ਹੈ। ਪੰਜਾਬ ਦੇ ਹਰ ਪਾਸੇ ਤੋਂ ਲਫ਼ਜ਼ ਅਤੇ ਮੁਹਾਵਰੇ ਲਏ ਜਾ ਕੇ ਇਹਦੀ ਪੰਜਾਬੀਅਤ 'ਚ ਬਹੁਤ ਵਾਧਾ ਹੋਇਆ, ਪਰ ਫਿਰ ਵੀ ਦਾਇਰਾ ਇਹਦਾ ਕੁਝ ਕੁਝ ਤੰਗ ਜਿਹਾ ਬਣਿਆ ਰਿਹਾ ਹੈ। ਸਿੱਖਾਂ ਨੇ ਖਾਸ ਕਰਕੇ ਵਰਤਮਾਨ ਸਮੇਂ 'ਚ ਇਹਦੀ ਬਣਾਵਟ ਵਿੱਚ ਬੜਾ ਹਿੱਸਾ ਲਿਆ ਹੈ। ਜਿਹੜੇ ਹਿੰਦੂ ਸੱਜਣੇ ਦੇ ਲਿਖਾਰੀ ਬਣੇ ਉਹ ਵੀ ਸਿੱਖਾਂ ਨਾਲ ਸੁਰ ਮੇਲ ਕੇ ਗਾਉਂਦੇ ਰਹੇ, ਇਸ ਲਈ ਇਹਦਾ ਮੂੰਹ ਮੁਹਾਂਦਰਾ ਕੁਝ ਸਿੱਖਾਂ ਦੀ ਨੁਹਾਰ 'ਤੇ ਢਲ ਗਿਆ। ਦਵਿੰਦਰ ਸਤਿਆਰਥੀ ਪਹਿਲੇ ਕਵੀ ਹਨ ਜਿਨ੍ਹਾਂ ਨੇ ਆਪਣੀ ਹਿੰਦੂ ਆਪਣੀਅਤ ਨਹੀਂ ਗੁਆਈ, ਸਗੋਂ ਇਹਨੂੰ ਕਾਇਮ ਰੱਖ ਕੇ ਪੰਜਾਬੀ ਕਵਿਤਾ ਦਾ ਦਾਇਰਾ ਖੁੱਲ੍ਹਾ ਕੀਤਾ। ਇਸ ਪਿੱਛੋਂ ਤੇਜਾ ਸਿੰਘ ਉਹਨਾਂ ਦੇ ਧਰਤੀ ਨਾਲ ਜੁੜੇ ਹੋਣ ਦੀ ਵਡਿਆਈ ਕਰਦੇ ਆ। ਇਹ ਧਰਤੀ ਵਾਲੀ ਰੁਚੀ ਦਵਿੰਦਰ ਸਤਿਆਰਥੀ ਦੀ ਕਵਿਤਾ ਦਾ ਖਾਸ ਗੁਣ ਹੈ। ਛਾਇਆਵਾਦੀ ਵਿਚਾਰ ਅਤੇ ਧਾਰਮਿਕ ਗੱਲਾਂ ਉਹਨਾਂ ਨੂੰ ਇੰਨੀਆਂ ਚੰਗੀਆਂ ਨਹੀਂ ਲੱਗਦੀਆਂ ਜਿੰਨੀਆਂ ਧਰਤੀ ਦੀਆਂ ਆਵਾਜ਼ਾਂ। ਲੋਕਾਂ ਦੇ ਸਧਾਰਨ ਟੁਕੜੇ, ਸੰਸਾਰੀ ਪਿਆਰ ਦੇ ਅਤੇ ਜੀਵਨ ਦੇ ਰੁਝੇਵੇਂ, ਲਿਖਤ ਦਾ ਅੰਤ ਉਹ ਇਹਨਾਂ ਸ਼ਬਦਾਂ ਨਾਲ ਕਰਦੇ ਹਨ। ਇਹ ਅਗਾਂਹ ਵਧੂ ਕਵੀ ਉਸ ਦਿਨ ਲਈ ਹੰਭਲਾ ਮਾਰ ਰਿਹਾ ਜਦ ਦੁਨੀਆ ਦਾ ਬੇਹਿਸਾਬਾ ਕ੍ਰੋਧ ਅਤੇ ਵਿਰੋਧ ਹਟ ਜਾਏਗਾ। ਭੁੱਖ ਅਤੇ ਕੁੜੱਤਣ ਦੀਆਂ ਔਕੜਾਂ, ਸਦੀਆਂ ਦੀਆਂ ਪੀੜਾਂ ਅਤੇ ਰੰਜਿਸ਼ਾਂ ਦੂਰ ਹੋ ਜਾਣਗੀਆਂ। ਫਟੇ ਫੱਟ ਮੁੜ ਸੀਤੇ ਜਾਣਗੇ, ਗੁਲਾਮ ਦੇਸ ਮੁੜ ਆਜ਼ਾਦ ਹੋਣਗੇ, ਤਰੱਕੀ ਦੇ ਰੁਕੇ ਹੋਏ ਦਰਿਆ ਮੁੜ ਵਗਣਗੇ, ਵਿਛੜੇ ਹੋਏ ਦਿਲਾਂ ਨੂੰ ਮਿਲਣਗੇ, ਮਨੁੱਖ ਦੀ ਜਾਤ ਇੱਕ ਹੋ ਜਾਏਗੀ। 1953 'ਚ ਛਪੇ ਕਾਵਿ ਸੰਗ੍ਰਹਿ ਬੁੱਢੀ ਨਹੀਂ ਧਰਤੀ ਬਾਰੇ ਮੋਹਨ ਸਿੰਘ, ਜਿਹਨੂੰ ਸਤਿਆਰਥੀ ਆਪਣਾ ਕਾਵਿ ਗੁਰੂ ਮੰਨਦੇ ਸੀ, ਨੇ ਲਿਖਿਆ ਪੁਸਤਕ ਬੁੱਢੀ ਨਹੀਂ ਧਰਤੀ ਵਿੱਚ ਸਤਿਆਰਥੀ ਦਾ ਜਵਾਨ ਦਿਲ ਧੜਕਦਾ ਹੈ। ਇਸ ਪੁਸਤਕ ਨਾਲ ਪੰਜਾਬੀ ਕਵਿਤਾ 'ਚ ਇੱਕ ਨਵੀਂ ਆਸ ਦਾ ਜਨਮ ਹੋਇਆ। ਸਤਿਆਰਥੀ ਦੀ ਸ਼ੈਲੀ ਤੀਬਰ, ਸਰਲ, ਗੱਲਬਾਤੀ ਅਤੇ ਨਾਟਕੀ ਹੈ। ਉਹਦੇ ਵਿਚਾਰ ਨਿਰੋਏ, ਨਿਖਰੇ ਹੋਏ ਅਤੇ ਸੱਜਰੀ ਹਨ। ਉਹਦਾ ਜਜ਼ਬਾ ਇੱਕ ਵਿਅਕਤੀ, ਇੱਕ ਜਾਤੀ ਜਾਂ ਇੱਕ ਰਾਸ਼ਟਰ ਦਾ ਨਹੀਂ, ਸਗੋਂ ਸਰਵਜਨਕ ਅਤੇ ਅੰਤਰਰਾਸ਼ਟਰੀ ਹੈ। ਅਤੇ ਜਿਸ ਕਵਿਤਾ 'ਚ ਇਹ ਸਭ ਲੱਛਣ ਮੌਜੂਦ ਹੋਣ, ਉਸੇ ਨੂੰ ਅਸੀਂ ਆਧੁਨਿਕ ਕਵਿਤਾ ਆਖਦੇ ਹਾਂ। ਪ੍ਰਵੇਸ਼ ਸਿਰਲੇਖ ਨਾਲ ਬੁੱਢੀ ਨਹੀਂ ਧਰਤੀ ਦੀ ਭੂਮਿਕਾ ਲਿਖਦੇ ਹਾਂ ਕਰਤਾਰ ਸਿੰਘ ਦੁੱਗਲ ਨੇ। ਇਸ ਪੁਸਤਕ ਦੇ ਬਹਾਨੇ ਸਤਿਆਰਥੀ ਦੀ ਸਮੁੱਚੀ ਕਵਿਤਾ ਬਾਰੇ ਅਹਿਮ ਗੱਲਾਂ ਕੀਤੀਆਂ। ਦਵਿੰਦਰ ਸਤਿਆਰਥੀ ਨਾਲ ਪੰਜਾਬੀ ਕਵਿਤਾ ਇੱਕ ਨਵਾਂ ਕਦਮ ਪੁੱਟਦੀ ਹੈ। ਇਹ ਨਵਾਂ ਕਦਮ ਲਫਜ਼ੀ ਮਹਿਨਿਆਂ 'ਚ ਪੰਜਾਬੀ ਕਵਿਤਾ ਦੀ ਕਿਸੇ ਵਿਸ਼ੇਸ਼ ਪਾਸੇ ਵੱਲ ਪ੍ਰਗਤੀ ਨਹੀਂ, ਇਹ ਕਦਮ ਇੱਕ ਸਰਵ ਵਿਆਪਕ ਉੱਨਤੀ ਦਾ ਕਦਮ ਹੈ ਜਿਹੜਾ ਸਾਡੀ ਬੋਲੀ ਦੀ ਕਵਿਤਾ 'ਚ ਕਈ ਨਵੇਂ ਸਵਾਦ ਪੈਦਾ ਕਰ ਰਿਹਾ ਹੈ। ਮਹਾਨ ਕਵਿਤਾ ਅਕਸਰ ਉਦੋਂ ਬਣਦੀ ਹੈ ਜਦੋਂ ਜੀਵਨ ਨੂੰ ਉਠਾ ਕੇ ਇੱਕ ਉਚੇਰੇ ਪੱਧਰ 'ਤੇ ਲਿਜਾਇਆ ਜਾਏ, ਪਰ ਜੇ ਕਦੀ ਕੋਈ ਕਵੀ ਆਮ ਜੀਵਨ ਦੇ ਪੱਧਰ 'ਤੇ ਆ ਕੇ ਉਸ ਹਰ ਰੋਜ਼ ਵਾਪਰਦੇ ਜੀਵਨ ਨੂੰ ਮਹਾਨ ਕਵਿਤਾ 'ਚ ਗਾ ਸਕੇ, ਮੇਰੀ ਜਾਚੇ ਉਹ ਕਵੀ ਜ਼ਿਆਦਾ ਕਾਮਯਾਬ ਹੁੰਦਾ ਹੈ। ਸਤਿਆਰਥੀ ਜੀ ਦੀ ਕਵਿਤਾ 'ਚ ਸਭ ਤੋਂ ਵਧੀਆ ਇਹੀ ਗੁਣ ਹੈ। ਦਵਿੰਦਰ ਸਤਿਆਰਥੀ ਕਿਤੇ ਵੀ ਇੱਕ ਚਿੰਤਕ ਜਾਂ ਉਸਤਾਦ ਵਾਲੀ ਅੜਕ ਮੜਕ ਦੀ ਨੁਮਾਇਸ਼ ਨਹੀਂ ਕਰਦਾ। ਹਰ ਕਵਿਤਾ ਉੱਤੇ ਉਹਦੀ ਆਪਣੀ ਛਾਪ ਹੈ। ਉਹ ਛਾਪ ਹਲੀਮੀ ਦੀ ਹੈ, ਨਿਮਰਤਾ ਦੀ ਹੈ। ਹਕੀਕਤ ਇਹ ਹੈ ਕਿ ਜਿੱਥੇ ਪੰਜਾਬੀ ਦੇ ਬਾਕੀ ਨਵੇਂ ਕਵੀਆਂ ਦੀ ਕਵਿਤਾ ਦਾ ਸੁਭਾਅ ਨਿਰੋਲ ਪੰਜਾਬੀ ਹੈ, ਉੱਥੇ ਸਤਿਆਰਥੀ ਜੀ ਪੰਜਾਬੀ ਕਵਿਤਾ ਨੂੰ ਉਠਾ ਕੇ ਜਿਵੇਂ ਅੰਤਰ ਪ੍ਰਾਦੇਸ਼ਕ ਹੀ ਨਹੀਂ ਸਗੋਂ ਅੰਤਰਰਾਸ਼ਟਰੀ ਬਣਾ ਦਿੰਦੇ ਆ। ਸ਼ਾਇਦ ਮੋਹਨ ਸਿੰਘ ਦਾ ਆਪਣੇ ਕਵੀ ਸ਼ਿਸ਼ ਬਾਰੇ ਇਤਰਾਜ਼ ਠੀਕ ਹੀ ਸੀ ਕਿ ਉਹ ਆਪਣੀ ਪ੍ਰਤਿਭਾ ਦੇ ਸੰਭਾਵਨਾ ਅਨੁਸਾਰ ਲਿਖ ਨਹੀਂ ਸੀ ਰਿਹਾ। ਇਸੇ ਕਰਕੇ 1958 'ਚ ਲੱਕ ਟੁਣੂ ਟੁਣੂ ਦਾ ਖਰੜਾ ਤਿਆਰ ਕਰਦਿਆਂ ਸਤਿਆਰਥੀ ਜੀ ਨੇ ਚਿੱਠੀ ਲਿਖੀ, ਪਿਆਰੇ ਮੋਹਨ ਸਿੰਘ ਜੀ, ਜਾਗ ਪਿਆ ਜੇ ਢਿੱਲੜਾਂ ਦਾ ਸਰਦਾਰ ਕਵੀ ਦਵਿੰਦਰ ਸਤਿਆਰਥੀ। ਗੱਲ ਇਹ ਹੈ ਕਿ ਸਤਿਆਰਥੀ ਪਹਿਲਾਂ ਕਵੀ ਹੈ ਫਿਰ ਕੁਛ ਹੋਰ, ਪਰ ਉਹਨੂੰ ਇੱਕ ਖੋਟੀ ਆਦਤ ਹੈ ਉਹਨਾਂ ਰਾਹਾਂ 'ਤੇ ਤੁਰਨ ਦੀ ਤਾਂਘ, ਜਿਨ੍ਹਾਂ ਦੀ ਉਹਨੂੰ ਭਾਵੇਂ ਬਹੁਤੀ ਸਾਰ ਨਹੀਂ,
ਬੜੀ ਅਜੀਬ ਗੱਲ ਹੈ, ਘਨੱਈਆ ਲਾਲ ਕਪੂਰ ਦੇ ਆਖਣ ਮੁਜਬ ਰੱਬ ਦੀ ਕਚਹਿਰੀ 'ਚ ਆਵਾਜ਼ ਪਏਗੀ ਤਾਂ ਲੋਕ ਗੀਤਾਂ ਵਾਲਾ ਸਤਿਆਰਥੀ ਆਖ ਕੇ ਹੀ ਪਏਗੀ। ਜਾਂ ਸ਼ਾਇਦ ਇਹ ਸਭ ਹੋਮੇ ਦੀਆਂ ਟਾਰਾਂ ਹਨ, ਨਾ ਸਤਿਆਰਥੀ ਕਵੀ ਹੈ ਨਾ ਲੋਕ ਗੀਤਾਂ ਵਾਲਾ। ਸਤਿਆਰਥੀ ਹਾਲੇ ਜੰਮਿਆ ਵੀ ਨਹੀਂ, ਪਰ ਉਹ ਜੰਮੇਗਾ ਜ਼ਰੂਰ, ਦਵਿੰਦਰ ਸਤਿਆਰਥੀ। ਅਗਲੇ ਸਾਲ 1959 ਵਿੱਚ ਕਾਵਿ ਸੰਗ੍ਰਹਿ ਲੱਖ ਟੁਣੂ ਟੁਣੂ ਛਪਿਆ ਤਾਂ ਪ੍ਰਵੇਸ਼ ਵਿੱਚ ਮਹਿੰਦਰ ਸਿੰਘ ਰੰਧਾਵਾ ਨੇ ਲਿਖਿਆ, ਹਿੰਦੁਸਤਾਨ ਦੇ ਸਾਹਿਤ ਵਿੱਚ ਨਿਰਸਨ ਦੇ ਦਵਿੰਦਰ ਸਤਿਆਰਥੀ ਦੀ ਆਪਣੀ ਥਾਂ ਹੈ। ਇੱਕ ਅਗਵਾਨ ਲੋਕ ਗੀਤ ਸੰਗ੍ਰਹਿ ਕਰਤਾ ਹੋਣ ਦੇ ਨਾਤੇ ਲੋਕ ਸੱਭਿਆਚਾਰ ਦੀ ਨਿਰਮਲ ਸਰਲਤਾ ਅਤੇ ਆਪ ਮੁਹਾਰੇ ਰੂਪ ਦੀ ਮੋਹਰ ਛਾਪ ਉਹਦੀਆਂ ਰਚਨਾਵਾਂ ਦੀ ਵੱਡੀ ਪਛਾਣ ਹੈ। ਲੱਕ ਟੁਣੂ ਟੁਣੂ ਸਤਿਆਰਥੀ ਦੀਆਂ ਪੰਜਾਬੀ ਕਵਿਤਾਵਾਂ ਦਾ ਨਵਾਂ ਸੰਗ੍ਰਹਿ ਹੈ ਜੋ ਪੂਰਨ ਕਲਾਮਈ ਰੀਝ ਨਾਲ ਛਾਪਿਆ ਗਿਆ। ਅੰਤਲੀ ਕਵਿਤਾ ਯਾਤਰੀ 'ਚ ਕਵੀ ਇੱਕ ਵਰਗੀ ਇੱਕ ਵਿਅਕਤੀ ਵੀ ਹੈ ਅਤੇ ਪੂਰਾ ਸੂਰਾ ਇੱਕ ਸਮਾਜਿਕ ਕਾਫਲਾ ਵੀ। ਕਵੀ ਦੇ ਰੂਪ 'ਚ ਸਤਿਆਰਥੀ ਇੱਕ ਮੁਕਤ ਆਤਮਾ ਹੈ ਅਤੇ ਇਹੋ ਪੰਜਾਬੀ ਕਵਿਤਾ ਵਿੱਚ ਉਹਦੀਆਂ ਅਣਛੋਈਆਂ ਲੀਹਾਂ ਦਾ ਸਭ ਤੋਂ ਵੱਡਾ ਭੇਤ ਹੈ। ਉਹ ਜਿਉਂਦੇ ਪਲ ਦੇ ਫਲਸਫੇ 'ਚ ਵਿਸ਼ਵਾਸ ਰੱਖਦਾ ਜੋ ਉਹਦੇ ਰੰਗਾਂ ਨੂੰ ਉਹਦੀ ਲੈਅ ਨੂੰ ਇੱਕ ਨਵੇਂ ਸੁਰ 'ਚ ਢਾਲ ਦਿੰਦਾ। ਮੇਰਾ ਵਿਸ਼ਵਾਸ ਹੈ ਕਿ ਲੱਕ ਟੁਣੂ ਟੁਣੂ ਸਾਡੇ ਇਸ ਕਲਾ ਯਾਤਰੀ ਵਾਂਗ ਹੀ ਜੀਵਨ ਦੀਆਂ ਲੰਮੀਆਂ ਵਾਟਾਂ ਤੈਅ ਕਰੇਗੀ। ਅਕਤੂਬਰ 1968 ਦੇ ਨਾਗਮਣੀ 'ਚ ਅੰਮ੍ਰਿਤਾ ਪ੍ਰੀਤਮ ਨੇ ਸਤਿਆਰਥੀ ਜੀ ਬਾਰੇ ਇੱਕ ਛੋਟਾ ਜਿਹਾ ਲੇਖ ਗਮ ਮੌਲਿਆ ਹੋਇਆ ਮੁਸਕਰਾਉਂਦਾ ਲਿਖਿਆ। 1970 ਵਿੱਚ ਜਦੋਂ ਸਤਿਆਰਥੀ ਜੀ ਨੇ ਆਪਣੀ ਪੁਸਤਕ ਪੈਰਿਸ ਦਾ ਆਦਮੀ ਛਾਪੀ, ਇਹ ਲੇਖ ਉਹਦੇ ਮੁੱਢ 'ਚ ਦੇ ਦਿੱਤਾ। ਉਸ ਅੰਮ੍ਰਿਤਾ ਨੇ ਕਿਹਾ ਸੀ, ਦਵਿੰਦਰ ਸਤਿਆਰਥੀ ਦਾ ਹਾਸਾ ਗਮਗੀਨ ਹੁੰਦਾ, ਗਮ ਮੌਲਿਆ ਹੋਇਆ ਮੁਸਕਰਾਉਂਦਾ ਅਤੇ ਲੱਗਦਾ ਸਤਿਆਰਥੀ ਦੁਨੀਆ ਭਰ ਦੇ ਲੋਕ ਗੀਤ ਚੁਣਦਾ ਚੁਣਦਾ ਆਪ ਲੋਕ ਗੀਤ ਹੋ ਗਿਆ। ਸਤਿਆਰਥੀ ਇੱਕ ਲੋਕ ਗੀਤ ਹੈ, ਪਰ ਕੋਈ ਮਨੁੱਖ ਜਦੋਂ ਲੋਕ ਗੀਤ ਬਣਦਾ ਇਹ ਉਹਦੀ ਤਕਦੀਰ ਹੁੰਦੀ ਹੈ। ਉਸ ਗੀਤ ਨੂੰ ਗਾਉਣ ਵਾਲੇ ਲੋਕ ਬਹੁਤ ਦੇਰ ਨਾਲ ਪੈਦਾ ਹੁੰਦੇ ਹੈ। ਸਤਿਆਰਥੀ ਆਪਣੀ ਇੱਕ ਨਜ਼ਮ ਦੁਹਰਾ ਰਿਹਾ ਸੀ। ਉਹਨੂੰ ਕੁਝ ਚੇਤੇ ਆ ਗਿਆ, ਤੁਸੀਂ ਅੰਮ੍ਰਿਤਾ ਜੀ ਉਸ ਦਿਨ ਮੇਰੇ 60ਵੇਂ ਜਨਮ ਦਿਨ 'ਤੇ ਮੇਰਾ ਮੋਢਾ ਥਾਪੜਿਆ ਸੀ। ਮੇਰੀ ਬੀਵੀ ਮੈਨੂੰ ਪੁੱਛਦੀ ਸੀ ਕਿ ਅੰਮ੍ਰਿਤਾ ਨੇ ਤੇਰਾ ਮੋਢਾ ਕਿਉਂ ਥਾਪੜਿਆ ਸੀ। ਉਸ ਦਿਨ ਤੁਸੀਂ ਨਜ਼ਮ ਪੜ੍ਹੀ ਸੀ, ਸਿਰਫ ਕੁਝ ਨਜ਼ਮਾਂ ਸਨ ਜੋ ਸਿਗਰਟ ਦੇ ਨਾਲੋਂ ਮੈਂ ਰਾਖ ਵਾਂਗ ਝਾੜੀਆਂ। ਮੈਨੂੰ ਹਾਸਾ ਆ ਗਿਆ, ਇਸ ਲਈ ਆਖਿਆ ਕਿਉਂਕਿ ਉਸ ਦਿਨ ਤੋਂ ਬਾਅਦ ਤੁਸੀਂ ਸਠਿਆ ਜਾਣਾ ਸੀ ਸਤਿਆਰਥੀ ਜੀ। ਉਹਨੇ ਗੱਲ ਦੀ ਲੜੀ ਜੋੜੀ ਅਤੇ ਮੈਂ ਆਪਣੀ ਬੀਵੀ ਨੂੰ ਜਵਾਬ ਦਿੱਤਾ ਸੀ ਕਿ ਅੰਮ੍ਰਿਤਾ ਨੇ ਮੇਰਾ ਮੋਢਾ ਨਹੀਂ ਸੀ ਥਾਪੜਿਆ, ਸਿਗਰਟ ਦੀ ਰਾਖ ਝਾੜੀ ਸੀ। ਭਲਾ ਜੀ, ਮੈਨੂੰ ਐਸਟਰੇ ਬਣਨ ਦਾ ਵੀ ਹੱਕ ਨਹੀਂ। ਸਤਿਆਰਥੀ ਵਿੱਚ ਇੱਕ ਕਲਾਕਾਰ ਹੋਣ ਦਾ ਮਾਣ ਹੈ, ਨਿਰਮਾਣਤਾ ਦੀ ਹੱਦ ਤੱਕ ਪਹੁੰਚਿਆ ਹੋਇਆ। ਸਤਿਆਰਥੀ ਇਜ਼ ਰੀਅਲੀ ਗ੍ਰੇਟ, ਕਮਰੇ ਦੀ ਹਵਾ ਨਾਲ ਸਾਰੇ ਸਹਿਮਤ ਸਨ। ਧੰਨਵਾਦ, ਚੱਲਦਾ।